ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕੈਂਪਸ ਟੀਵੀ ਤੇ ਅੱਜ ਮੇਰੇ ਨਾਲ ਨੇ ਸੋਈ ਪਾਰਟੀ ਤੋਂ ਵਿੱਕੀ ਮਿੱੱਡੂ ਖੇੜਾ ਜੀ ਵਿੱਕੀ ਤੁਹਾਡਾ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਸਿੱਖੀ ਜੀ ਤੇ ਵਿੱਕੀ ਜੀ ਅਸੀਂ ਪੁੱਛਣਾ ਚਾਹਾਂਗੇ ਕਿ ਤੁਸੀਂ ਬੜੇ ਚਰਤੋ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਲਈ ਵੈਲਫੇਅਰ ਕਰ ਰਹੇ ਹੋ ਤੁਸੀਂ ਇੱਕ ਨਵਾਂ ਪਲੇਟਫਾਰਮ ਚੂਜ਼ ਕੀਤਾ ਸੋਈ ਉਹ ਕਿਉਂ ਉਹ ਐਸਖੀ ਜੀ ਜਿਵੇਂ ਕਿ ਅਸੀਂ ਪੱਲਾ ਬਹੁਤ ਸਾਲਾਂ ਲਈ ਸੋਪੂ ਪਾਰਟੀ ਵਿੱਚ ਕੰਮ ਕੀਤਾ ਸੋਪੂ ਪਾਰਟੀ 'ਚ ਕੰਮ ਕਰਕੇ ਹੁਣ ਜਿਵੇਂ ਕਿ ਪਿਛਲੇ ਸਾਲ ਸਟੂਡੈਂਟਸ ਨੇ ਐਨਐਸਯੂਈ ਵਿਸ਼ਵਾਸ ਕੀਤਾ ਠੀਕ ਹੈ ਨੈਸ਼ਨਲ ਸਟੂਡੈਂਟ ਬਾਟਨ ਹੂੰ ਸੋ ਇਸ ਵਾਰ ਅਸੀਂ ਸੋਚਿਆ ਬਈ ਜਿਹੜੇ ਕੰਮ ਅਸੀਂ ਸੋਪੂਚ ਰਹਿ ਕੇ ਨਹੀਂ ਕਰ ਸਕਦੇ ਉਹ ਅਸੀਂ ਸੋਈ ਤਰ੍ਹਾਂ ਕੇ ਕਰ ਸਕਦੇ ਹਾਂ ਕਿਉਂਕਿ ਸੋਈ ਇਟਸ ਅ ਅਕਲੀ ਦਾ ਵਿੰਗ ਹੈ ਠੀਕ ਹੈ ਜੋ ਕਿ ਜਿਹੜੇ ਕੰਮ ਪੈਂਡਿੰਗ ਹੈ ਸੋਪੂਚ ਰਹਿ ਕੇ ਸਟੂਡੈਂਟ ਆਰਗੇਨਾਈਜੇਸ਼ਨ ਹੈ ਉਸ ਚ ਨਹੀਂ ਕਰ ਸਕਾਂਗੇ ਅਸੀਂ ਐਸਓਈ ਚ ਰਹਿ ਕੇ ਪੰਜਾਬ ਗਵਰਨਮੈਂਟ ਦੀ ਹੈਲਪ ਲੈ ਕੇ ਸਟੂਡੈਂਟ ਦਾ ਹੋਰ ਵੈਲਫੇਅਰ ਕਰ ਸਕਦੇ ਨਹੀਂ ਪਰ ਤੁਸੀਂ ਇਹ ਡਿਸੀਜਨ ਲੈਣ ਚ ਇੰਨੀ ਦੇਰੀ ਕਿਉਂ ਕੀਤੀ ਜਿਵੇਂ ਐਨਐਸਯੂਈ ਪਹਿਲੇ ਜਦ ਜੋ ਤੁਹਾਡੇ ਪਾਰਟੀ ਦੇ ਹੋਰ ਮੈਂਬਰ ਸੀਗੇ ਉਹਨਾਂ ਨੇ ਤੁਹਾਡੇ ਤੋਂ ਪਹਿਲੇ ਸ਼ਿਫਟ ਮਾਰਿਆ ਜਿੱਦਾਂ ਜਦੋਂ ਲੋਕਾਂ ਨੇ ਐਨਐਸਵੀ ਵਿੱਚ ਵਿਸ਼ਵਾਸ ਦਿਖਾਇਆ ਨੈਸ਼ਨਲ ਪਾਰਟੀ ਦਾ ਵਿਸ਼ਵਾਸ ਦਿਖਾਇਆ ਉਸ ਤੋਂ ਬਾਅਦ ਹੀ ਸਾਰਾ ਚੇਂਜ ਹੋਇਆ ਵੀ ਲੋਕ ਨੈਸ਼ਨਲ ਪਾਰਟਿਸ ਤੇ ਵਿਸ਼ਵਾਸ ਕਰਨ ਲੱਗੇ ਪਹਿਲਾਂ ਕਿਉਂਕਿ ਇੱਥੇ ਟ੍ਰੈਂਡ ਨਹੀਂ ਹੁੰਦਾ ਸੀਗਾ ਇੱਥੇ ਟ੍ਰੈਂਡ ਸੀ ਸਟੂਡੈਂਟ ਆਰਗੇਨਾਈਜੇਸ਼ਨ ਦਾ ਸੋਪੂ ਪੂਸੂ ਥੈਟਸ ਆਲ ਪਹਿਲੀ ਵਾਰ ਲੋਕਾਂ ਨੇ ਨੈਸ਼ਨਲ ਪਾਰਟੀ ਨੂੰ ਵਿਸ਼ਵਾਸ ਦਿਖਾਇਆ ਇਸ ਕਰਕੇ ਅਸੀਂ ਇਸ ਵਾਰ ਸਾਨੂੰ ਮੌਕਾ ਮਿਲਿਆ ਸੋਈ ਕਣੀਓ ਤੇ ਮਗਰੋਂ ਸਾਡਾ ਅਕਾਲੀ ਬੈਕਗ੍ਰਾਉਂਡ ਹੈ ਤੇ ਅਸੀਂ ਜੁਆਇਨ ਕੀਤੀ ਤੇ ਸਦਾ ਸਾਡੇ ਸੀਨੀਅਰਸ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਰਦਾਰ ਵਿਕਰਮ ਸਿੰਘ ਜੀਠਿਆ ਜੀ ਉਹਨਾਂ ਨੇ ਇੰਟਰਸਟ ਦਿਖਾਇਆ ਸੋ ਅਸੀਂ ਜੁਆਇਨ ਤੇ ਵਿਕੀ ਮੈਂ ਪੁੱਛਣਾ ਚਾਹੁੰਗਾ ਵੀ ਜਿਵੇਂ ਐਨਐਸਯੂਆਈ ਪਿਛਲੀ ਵਾਰ ਜਿੱਤੀ ਇੱਕ ਨੈਸ਼ਨਲ ਪਾਰਟੀ ਸੀਗੀ ਲੇਕਿਨ ਕੀ ਤੁਹਾਨੂੰ ਲੱਗਦਾ ਵੀ ਐਨਐਸਯੂਆਈ ਸਟੂਡੈਂਟਸ ਦੀ ਜੋ ਸੋਚ ਸੀਗੀ ਉਹਦੇ ਉੱਤੇ ਖਰੀ ਉਤਰੀ ਨਹੀਂ ਇਹ ਤਾਂ ਨਹੀਂ ਮੈਂ ਕਹਿਣਾ ਚਾਹੁੰਗਾ ਕਿਉਂਕਿ ਪਿਛਲੇ ਸਾਲ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਿਵੇਂ ਕਿ ਤੁਹਾਨੂੰ ਸੈਂਟਰਲ ਯੂਨੀਵਰਸਿਟੀ ਜਾਂ ਹੋਰ ਵੀ ਬਹੁਤ ਕੀਤੇ ਇਹ ਕਿਸੇ ਗੱਲ ਤੇ ਪੂਰੇ ਨਹੀਂ ਉਤਰੇ ਕਿਸੇ ਵੀ ਗੱਲ ਤੇ ਚਲੋ ਇਹ ਗੱਲ ਨੂੰ ਵੀ ਅਸੀਂ ਮੰਨਦੇ ਆ ਇਹ ਗੱਲਾਂ ਬਹੁਤ ਲੰਬੇ ਪ੍ਰੋਸੈਸ ਐ ਕੋਈ ਛੋਟੇ ਪ੍ਰੋਸੈਸ ਨਹੀਂ ਐ ਪਰ ਜੋ ਵੀ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਕੋਈ ਵਾਅਦੇ ਤੇ ਪੂਰੇ ਨਹੀਂ ਉਤਰੇ ਤੇ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਐ ਪਿਛਲੇ ਸਾਲ ਐਸਐਫਐਸ ਦੇ ਸਟੂਡੈਂਟ ਤੇ ਪੁਲਿਸ ਨੇ ਇਹਨਾਂ ਐਕਸ਼ਨ ਕੀਤਾ ਉਸ ਤੋਂ ਬਾਅਦ ਇੱਕ ਤਰਫ ਸਾਰੀਆਂ ਪਾਰਟੀਆਂ ਉੱਥੇ ਧਰਨਾ ਲਾ ਰਹੀਆਂ ਐ ਉੱਥੇ ਨਾਈਟ ਬਣਾ ਰਹੇ ਐ ਚਲੋ ਫਿਰ ਵੀ ਨਾਈਟ ਸੁੱਣੀ ਪਤਾ ਐ ਨਾਈਟ ਕੀ ਸੀ ਕੀ ਨਹੀਂ ਚਲੋ ਫਿਰ ਵੀ ਸਟੂਡੈਂਟਸ ਬਹੁਤ ਜ਼ਿਆਦਾ ਗੁੱਸਾ ਐ ਜਿਨ੍ਹਾਂ ਇਹਨਾਂ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਇਹਨੇ ਵੱਡੇ ਮਾਰਜਨਾ ਜਤਾਇਆ ਸੀ ਉਵੇਂ ਇਹਨਾਂ ਤੋਂ ਉਹ ਇਹਨਾਂ ਨੇ ਕੰਮ ਨਹੀਂ ਕੀਤਾ ਨਹੀਂ ਤੇ ਅਗਰ ਅਗਰ ਇੱਕ ਨੈਸ਼ਨਲ ਪਾਰਟੀ ਜਿਹਨੂੰ ਜਿਵੇਂ ਤੁਸੀਂ ਜਿਹਨੂੰ ਐਸ ਐਨ ਐਸ ਵੀ ਕਹ ਰਹੇ ਹੋ ਤੁਸੀਂ ਕਹਿੰਦੇ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਇਹ ਖਰੇ ਨਹੀਂ ਉਤਰੇ ਤਾਂ ਸੋਈ ਤੋਂ ਅਸੀਂ ਸਟੂਡੈਂਟਸ ਹੈ ਜੋ ਪੰਜਾਬ ਯੂਨੀਵਰਸਿਟੀ ਦੇ ਉਹ ਕਿੰਨੀ ਕੁ ਉਮੀਦ ਕਰ ਸਕਦੇ ਕਿਉਂਕਿ ਉਮੀਦ ਕਰ ਸਕਦੇ ਜੀ ਕਿਉਂਕਿ ਸਟੇਟ ਗਵਰਨਮੈਂਟ ਹੈ ਪੰਜਾਬ ਯੂਨੀਵਰਸਿਟੀ ਸਿੱਧੀ 60% ਫੰਡ ਹੈ ਜਿੰਨੇ ਵੀ ਹੈ ਸਾਰੇ ਪੰਜਾਬ ਗਵਰਨਮੈਂਟ ਤੋਂ ਆਉਂਦੇ ਆ ਇੱਥੇ ਮੌਜੂਦਾ ਅਕਾਲੀ ਅਕਾਲੀ ਗਵਰਨਮੈਂਟ ਹੈ ਸਿੱਧੀ ਅਕਾਲੀ ਐਸ ਵੀ ਸਟੂਡੈਂਟ ਵਿੰਗ ਅਕਾਲੀ ਦਲ ਦਾ ਹੈ ਅਸੀਂ ਇਹਨਾਂ ਤੋਂ ਜ਼ਿਆਦਾ ਸਟੂਡੈਂਟ ਵੈਲਫੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਤੁਹਾਨੂੰ ਹੁਣ ਪਤਾ ਹੀ ਹੈ ਪੰਜਾਬ ਯੂਨੀਵਰਸਿਟੀ ਛੋਟਾ ਦਾ ਧਾਰਮਨ ਦੇਣਾ ਚਾਹੁੰਦਾ ਇੱਥੇ ਕੋਰਸ ਨਵੇਂ ਖੁੱਲ ਰਹੇ ਠੀਕ ਹੈ ਹੌਸਟਲ ਦੀ ਸਪੇਸ ਨਹੀਂ ਹੈ ਹੂੰ ਸੋ ਅਸੀਂ ਹੁਣ ਅਸੀਂ ਸੀਐਮ ਸਾਹਿਬ ਨੂੰ ਜਾਂ ਡਿਪਟੀ ਸੀਐਮ ਸਾਹਿਬ ਨੂੰ ਮੈਮੋਰੰਡਮ ਦੇਵਾਂਗੇ ਨਿਊ ਚੰਡੀਗੜ੍ਹ ਬਣਿਆ ਹੂੰ ਇੱਥੇ ਜਗ੍ਹਾ ਲੋਟ ਕੀਤੀ ਜਾਵੇ ਹੌਸਟਲ ਬਣ ਕਿਉਂਕਿ ਅੱਗੇ ਅੱਗੇ ਪ੍ਰੋਬਲਮ ਨਾ ਹੋਵੇ ਕਿਉਂਕਿ ਇੱਥੇ ਸਟਰੈਂਥ ਵਧਣੀ ਹੈ ਨਵੇਂ ਕੋਰਸ ਖੁੱਲਨੇ ਆ ਸੋ ਅਸੀਂ ਅਸੀਂ ਸਾਨੂੰ ਉਮੀਦ ਹੈ ਵੀ ਅਸੀਂ ਸੋਈ ਜੁਆਇਨ ਕੀਤੀ ਹੈ ਇਨਾ ਕਰਕੇ ਬਈ ਅਕਾਲੀ ਕੱਲ ਗਵਰਨਮੈਂਟ ਤੋਂ ਅਸੀਂ ਜਿਆਦਾ ਇਨਾਂ ਤੋਂ ਵੱਧ ਵਿਸ਼ਵਾਸ ਕਰਕੇ ਸਟੂਡ ਵੈਲਫੇਅਰ ਕਰਾਂਗੇ ਨਹੀਂ ਇਹ ਵਾਕਈ ਬੜਾ ਫਾਇਦੇ ਵਾਲਾ ਸਟੈਪ ਹੋਗਾ ਅਗਰ ਇਦਾਂ ਦਾ ਵਾਕਈ ਹੁੰਦਾ ਕਿਉਂਕਿ ਹੋਸਟਲ ਦੀ ਬੜੀ ਪ੍ਰੋਬਲਮ ਚੱਲ ਰਹੀ ਹੈ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਅੱਗੇ ਤੁਹਾਨੂੰ ਪਤਾ ਸਪੇਸ ਹੀ ਖਤਮ ਹੋ ਰਹੀ ਹੈ ਸਾਊਥ ਕੈਂਪਸ ਛਵੀ ਸਪੇਸ ਨਹੀਂ ਤੇ ਵਿਕੀ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗਾ ਅਗਰ ਆਪਾਂ ਇਸ ਪਿਛਲੇ ਸੈਸ਼ਨ ਦੀ ਗੱਲ ਕਰੀਏ ਇਸ ਨਵੇਂ ਸੈਸ਼ਨ ਦੀ ਗੱਲ ਕਰੀਏ ਤਾਂ ਸੋਪੂ ਤੇ ਪੁਸੂ ਦੋ ਐਸੀਆਂ ਪਾਰਟੀਆਂ ਸੀ ਜੋ ਬਹੁਤ ਪਹਿਲੇ ਤੋਂ ਐਕਟਿਵ ਹੋ ਗਿਆ ਸੀ ਜੋ ਕਿ ਲੋਕਲ ਆਪਣੀਆਂ ਪਾਰਟੀਆਂ ਪੰਜਾਬ ਯੂਨੀਵਰਸਿਟੀ ਦੀਆਂ ਲੇਕਿਨ ਅਗਰ ਨੈਸ਼ਨਲ ਪਾਰਟੀ ਅਗਰ ਸੋਈ ਦੀ ਵੀ ਆਪਾਂ ਗੱਲ ਕਰਦੇ ਸੋਈ ਬੜੀ ਲੇਟ ਜਿਹਨੂੰ ਕਹ ਲੋ ਐਕਟਿਵ ਹੋਇਆ ਹਜੇ ਮੈਨੂੰ ਲੱਗਦਾ ਪਿਛਲੇ ਡੇਢ ਜਾਂ ਦੋ ਮਹੀਨੇ ਤੋਂ ਐਕਟਿਵ ਹੋਇਆ ਹੈ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਹੁਣ ਤੁਸੀਂ ਇਹ ਦੇਖੋ ਪਹਿਲਾਂ ਹੁਣ ਲੋਕ ਸਭਾ ਇਲੈਕਸ਼ਨ ਸੀ ਹੂੰ ਸਾਡੀਆਂ ਡਿਊਟੀਆਂ ਲੱਗੀਆਂ ਹੋਏ ਜਿਵੇਂ ਕਿ ਬਠਿੰਡੇ ਹੂੰ ਇਸ ਕਰਕੇ ਸਾਡਾ ਕੰਮ ਥੋੜਾ ਲੇਟ ਸ਼ੁਰੂ ਹੋਇਆ ਨਹੀਂ ਥੋੜਾ ਕੰਮ ਲੇਟ ਸ਼ੁਰੂ ਹੋਇਆ ਲੇਕਿਨ ਤੁਹਾਨੂੰ ਨਹੀਂ ਲੱਗਦਾ ਵੀ ਉਸ ਵਕਤ ਦੇ ਦੌਰਾਨ ਜੋ ਸਟੂਡੈਂਟਸ ਦੇ ਵੈਲਫੇਅਰ ਦੀ ਲੋੜ ਸੀ ਜਾਂ ਕਿਸੇ ਨੂੰ ਜ਼ਰੂਰ ਸੀ ਸੈਸ਼ਨ ਤਾਂ ਹਜੇ ਸ਼ੁਰੂ ਹੋਣਾ ਹੈਗਾ ਤੇ ਐਡਮਿਸ਼ਨਸ ਦਾ ਹੁਣ ਹੋ ਰਹੀਆਂ ਕਾਉਂਸਲਿੰਗ ਡੇਟਸ ਤਾਂ ਹੁਣ ਚੱਲ ਰਹੀਆਂ ਮੈਨੂੰ ਨਹੀਂ ਲੱਗਦਾ ਸਾਨੂੰ ਕੋਈ ਫਰਕ ਪੈਣਾ ਹੈ ਤੇ ਤੁਹਾਨੂੰ ਕਿੰਨੀ ਉਮੀਦ ਹੈ ਕਿ ਸੋਈ ਪਾਰਟੀ ਇਸ ਵਾਰ ਸਾਨੂੰ ਪੂਰੀ ਉਮੀਦ ਹੈ ਇਸ ਵਾਰ ਅਸੀਂ ਪਿਛਲੇ ਕਈ ਸਾਲਾਂ ਨਾਲੋਂ ਵਧੀਆ ਤੁਹਾਨੂੰ ਐਸੀ ਸੋਈ ਦਾ ਕੰਮ ਦਿਖੂਗਾ ਤੇ ਮੈਂ ਇਹ ਪੁੱਛਣਾ ਚਾਹੁੰਗਾ ਜਿਵੇਂ NSUI ਨੇ ਇੱਕ ਚੀਫ ਪੈਟਰਨ ਬਣਾਈ ਹੈ ਕੁੜੀ ਸਿਮਰਨਜੀਤ ਕੌਰ ਗਿੱਲ ਕਿ ਸੋਈਦੀ ਵੀ ਕੋਈ ਏਦਾਂ ਦੀ ਸਟ੍ਰੈਟੇਜੀ ਹੈ ਵੀ ਉਹ ਕਿਸੇ ਕੁੜੀ ਨੂੰ ਅੱਗੇ ਲੈ ਕੇ ਆਉਗੀ ਇੱਕ ਕਿਉਂਕਿ ਆਪਣੀ ਯੂਨੀਵਰਸਿਟੀ ਦੇ ਵਿੱਚ 75% ਜੋ ਗਰਲਸ ਹੈ ਨਹੀਂ ਨਹੀਂ ਬਿਲਕੁਲ ਜੀ ਪੈਨਲ ਅਸੀਂ ਅਨਾਉਂਸ ਕਰਨਾ ਗਰਲਸ ਵਿੰਗ ਦਾ ਤੇ ਉਸ ਤੇ ਅਨਾਉਂਸ ਕਰਾਂਗੇ ਸਾਰਾ ਪੈਨਲ ਅਨਾਉਂਸ ਕਰਾਂਗੇ ਕਰਤਾ ਕਿ ਅਨਾਉਂਸ ਕਰ ਦੋਗੇ ਪੈਨਲ ਵਿਦਨ ਵੀਕ ਵਿਦਨ ਵੀਕ ਕਰ ਦਿੰਦੇ ਤੇ ਵਿਕੀ ਕੋਈ ਸਟੂਡੈਂਟਸ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਦੇ ਸਕਦੇ ਹੋ ਉਧਰ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਗਾ ਇੱਕ ਤਾਂ ਸਾਰੇ ਨੂੰ ਬ ਤੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਡੇ ਨਾਲ ਕੰਟੈਕਟ ਕਰ ਤੇ ਵਿੱਕੀ ਮੈਂ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਹਰੇਕ ਪਾਰਟੀ ਕਿਸੇ ਨਾ ਕਿਸੇ ਬੁਨਿਆਦ ਦੇ ਉੱਤੇ ਇਲੈਕਸ਼ਨ ਲੜਦੀ ਹੈ ਸੋਈ ਪਾਰਟੀ ਦਾ ਕੋਈ ਅਜੰਡਾ ਹੈ ਇਦਾਂ ਦਾ ਬਿਲਕੁਲ ਹੈ ਜੀ ਹੁਣ ਤੁਹਾਨੂੰ ਪਤਾ ਹੈ 10-15 ਦਿਨਾਂ ਤੱਕ ਸੈਸ਼ਨ ਸ਼ੁਰੂ ਹੋ ਜਾਣਾ ਹੈ 10-15 ਦਿਨਾਂ ਬਾਅਦ ਸੈਸ਼ਨ ਸ਼ੁਰੂ ਹੋਏਗਾ ਅਸੀਂ ਲੋਕਾਂ ਸਟੂਡੈਂਟਸ ਨਾਲ ਡਿਸਕਸ ਕਰਾਂਗੇ ਜਿਹੜੀਆਂ ਪ੍ਰੋਬਲਮਸ ਹੋਣੀਆਂ ਉਹ ਉਹਨਾਂ ਨੂੰ ਅਜੰਡਾ ਬਣਾਵਾਂਗੇ ਇਹ ਸੀ ਵਿੱਕੀ ਮਿੱਡੂ ਖੇੜਾ ਜੀ ਜੋ ਕਿ ਸੋਈ ਪਾਰਟੀ ਦੇ ਸੀਨੀਅਰ ਲੀਡਰ ਹੈ ਅਗਲੀ ਵਾਰ ਕਿਸੇ ਨਵੇਂ ਲੀਡਰ ਨੂੰ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਆਪਣੇ ਸੁੱਖੀ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਕੈਂਪਸ ਟੀਵੀ ਯੂ ਮਿਸ ਨਥਿੰਗ